ਅੱਜ ਬਣਾਵਾਂਗੇ ਅੱਜ ਨਿਹਾਰੀ ਗਲੀਆਂ ਦੀ ਹੱਡੀਆਂ ਦੀ ਖੁਸ਼ ਦੀ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਨਾਲ ਬਣਾਉਣੀ ਆ। ਅਤੇ ਅਸੀਂ ਵੱਡੀਆਂ ਵੱਡੀਆਂ ਹੱਡੀਆਂ ਜਿਹੜੀਆਂ ਨੇ ਇਸ ਤਰੀਕੇ ਦੀਆਂ ਲੈ ਲਈਆਂ ਨੇ, ਪ੍ਰੈਸ਼ਰ 'ਚ ਰੱਖ ਦੇਵਾਂਗੇ। ਅਤੇ ਕੁਛ ਵੀ ਅਸੀਂ ਪ੍ਰੈਸ਼ਰ 'ਚ ਪਾ ਤਾ, ਇਹਦੇ 'ਚ ਅਸੀਂ ਇੱਕ ਜੱਗ ਪਾਣੀ ਦਾ ਭਰ ਕੇ ਪਾ ਦੇਵਾਂਗੇ ਕਿਉਂਕਿ ਸਾਨੂੰ ਸਿਰਫ ਰੱਖਣ ਦੀ ਜ਼ਰੂਰਤ ਹੈ। ਅਤੇ ਚਟਨੀ ਬਣਾ ਕੇ ਅਸੀਂ ਰੱਖ ਲਵਾਂਗੇ। ਇਹਦੇ 'ਚ ਪਾਵਾਂਗੇ ਅਸੀਂ ਕੜੀ ਪੱਤਾ ਦੋ ਵੱਡੀਆਂ ਵੱਡੀਆਂ ਅਸੀਂ ਦਾਲਚੀਨੀ ਲੱਕੜੀਆਂ ਜਿਹੜੀਆਂ ਨੇ ਆਹ ਪਾ ਦੇਵਾਂਗੇ, ਦੋ ਅਸੀਂ ਪਾ ਦੇਵਾਂਗੇ ਇਲਾਚੀਆਂ, ਕਾਲੀ ਮਿਰਚ, ਸਭ ਕੁਛ ਅਸੀਂ ਇਹਦੇ 'ਚ ਪਾਵਾਂਗੇ। ਇੱਕ ਸਾਬਤ ਧਨੀਆ, ਨਮਕ ਪਾਵਾਂਗੇ ਇਹਦੇ 'ਚ 2 ਚਮਚ, ਕਮ ਤੋਂ ਕਮ ਘੰਟਾ, 1 ਘੰਟਾ 1.5 ਸਾਨੂੰ ਲੱਗ ਜਾਣਾ ਇਹਨਾਂ ਨੂੰ ਗਾਲਣ ਦੇ ਚੱਕਰਾਂ 'ਚ। ਇਹਦਾ ਢੱਕਣਾ ਬੰਦ ਕਰਕੇ ਪ੍ਰੈਸ਼ਰ ਦਾ ਚੁੱਲ੍ਹੇ 'ਤੇ ਰੱਖ ਦਿੰਦੇ ਹਾਂ, ਅੱਗ ਅਸੀਂ ਬਾਲ ਲਈਏ ਪਹਿਲੇ। ਸਾਡੀ ਨਿਹਾਰੀ ਦੇ ਜਿਹੜੇ ਹੱਡ ਨੇ ਬਿਲਕੁਲ ਗਲ ਗਏ ਨੇ, ਗੋਸ਼ਤ ਵੀ ਇਹਨਾਂ ਨੇ ਆਪਣਾ ਛੱਡ ਦਿੱਤਾ ਨਾਲੋਂ, ਬਿਲਕੁਲ ਗਲ ਗਏ ਨੇ। ਅਸੀਂ ਹੁਣ ਚੁੱਲ੍ਹੇ ਦੇ ਉੱਤੇ ਘਿਓ ਪਾ ਕੇ, ਪਿਆਜ਼ ਕੱਟੇ ਸੀ 2-3 ਵੱਡੇ, ਅਸੀਂ ਚੁੱਲ੍ਹੇ 'ਤੇ ਚੜ੍ਹਾ ਤਾ ਦੇਸਕਾ, ਮਾਸ਼ਾਅੱਲਾ ਕਾਫੀ ਵੱਡਾ। ਪਿਆਜ਼ ਨੂੰ ਅਸੀਂ ਲਾਲ ਕਰ ਲਵਾਂਗੇ ਚੰਗੀ ਤਰ੍ਹਾਂ, ਹੋ ਗਿਆ ਪਹਿਲਾਂ ਨਜ਼ਰ ਆ ਗਿਆ, ਬੜਾ ਪਿਆਰਾ ਹੋ ਗਿਆ। ਇਹਦੇ 2 ਚਮਚ ਪਾਵਾਂਗੇ ਲਸਣ ਅਦਰਕ, 2 ਚਮਚ 1 ਚਮਚ 2 ਚਮਚ ਛੋਟੇ ਪਾ ਦਾਂਗੇ ਰਾਧਣ ਮਿਰਚ, ਇੱਕ ਚਮਚ ਪਾਵਾਂਗੇ ਭਰ ਕੇ ਪੀਸੀ ਦੀ ਮਿਰਚ, ਚਾਰ ਪੰਜ ਇਹਦੇ 'ਚ ਮਿਰਚ ਪਾ ਦਾਂਗੇ ਕੱਟ ਕੇ। ਸਾਡਾ ਮਸਾਲਾ ਬਿਲਕੁਲ ਭੁੰਨ ਕੇ ਤਿਆਰ ਹੋ ਗਿਆ, ਅਸੀਂ ਹੁਣ ਸਾਰਾ ਜਿਹੜੀਆਂ ਹੱਡੀਆਂ ਹੱਡ ਨੇ ਇਹਨਾਂ ਨੂੰ ਇਹਦੇ ਵਿੱਚ ਪਾ ਦੇਵਾਂਗੇ ਦੇਸ ਘੀ 'ਚ। ਸਾਡੀਆਂ ਹੱਡੀਆਂ ਗੋਸ਼ਤ ਬਿਲਕੁਲ ਗਲ ਗਿਆ, ਇਹਨੇ ਕੋਈ ਭੁੰਨਾ ਨਾਲ ਬਿਲਕੁਲ ਵੱਖਰੇ, ਅਸੀਂ ਇਹਨੂੰ ਇਹਦੇ 'ਚ ਹੋਣਾ ਜਿਹੜੀ ਇਹਦੀ ਜੱਫੀ ਕੱਢ ਕੇ ਰੱਖੀ ਸੀ ਅਸੀਂ ਇਹਦੇ 'ਚ ਪਾ ਦੇਵਾਂਗੇ, ਉਹੋ ਹੀ ਪਾਣੀ ਇਹਦੇ ਵਿੱਚ ਪਾਵਾਂਗੇ। ਹੱਡੀਆਂ ਦੀ ਲਿੱਕ ਬਿਲਕੁਲ ਪਾਣੀ 'ਚ ਦੇ ਸਕਦੇ ਹੋ ਤੁਸੀਂ, ਇਹ ਨਿਕਲ ਆਈ ਦੀ ਹੈ ਇਹਦੇ 'ਚ ਪਾਵਾਂਗੇ। ਹੁਣ ਆਪਾਂ ਹਰੀ ਦੇ ਮਸਾਲੇ ਪਾਉਂਦੇ ਨੇ ਇਹਦੇ 'ਚ, ਅਸੀਂ ਬਾਜ਼ਾਰੋਂ ਕੁਛ ਨਹੀਂ ਲਿਆਉਂਦੇ, ਸਾਰੀ ਅਸੀਂ ਥੋੜ੍ਹੇ ਜ਼ਰਾ ਭੁੰਨ ਲਏ ਸੀ ਉਹਨਾਂ ਨੂੰ ਪਹਿਲਾਂ, 2-3 ਚਮਚ ਪਾਉਂਦੇ ਨੇ ਪਹਿਲੇ ਵੀ ਪਾਏ, ਇਹਦੇ 'ਚ ਪਾ ਦੇਵਾਂਗੇ ਅਸੀਂ ਜਿਹੜਾ ਅਸੀਂ ਹੱਡੀਆਂ ਦਾ ਜੂਸ ਕੱਢ ਕੇ ਰੱਖਿਆ ਪਾਣੀ ਅਸੀਂ ਪਾ ਤਾ, ਜਿਹੜਾ ਸਾਡਾ ਹੱਡੀਆਂ ਦਾ ਇਹ ਜੂਸ ਕੱਢਿਆ ਦਾ ਅਸੀਂ ਉਹ ਹੀ ਪਾ ਤਾ ਇਹਦੇ 'ਚ, ਅੱਗੇ ਪੱਕਾ ਦਾ ਜੀ ਪਾਣੀ ਪੱਕਣ ਲੱਗ ਪੈਣ ਨੂੰ 5 ਮਿੰਟ ਛੱਡ ਦਾਂਗੇ ਪੱਕਣ ਵਾਸਤੇ, ਅਤੇ ਬਾਕੀ ਜਿਹੜੀਆਂ ਚੀਜ਼ਾਂ ਇਹਦੇ 'ਚ ਪਾਉਣੀਆਂ ਨੇ ਅਸੀਂ ਉਹ ਰੈਡੀ ਕਰ ਲੈਂਦੇ ਹਾਂ। ਮੈਦਾ ਕਿਉਂਕਿ ਹਨੇਰੀ 'ਚ ਆਟਾ ਪੈਂਦਾ, ਅਤੇ ਅਸੀਂ ਇਹਦੇ 'ਚ ਆਟਾ ਨਹੀਂ ਪਾਵਾਂਗੇ, ਅਸੀਂ ਇਹਦੇ 'ਚ 2 ਚਮਚ ਪਾਵਾਂਗੇ ਮੈਦੇ ਦੇ, 2 ਚਮਚ ਪਾਵਾਂਗੇ ਬੇਸਣ, ਅਤੇ 2-3 ਚਮਚ ਪਾ ਲਾਂਗੇ ਅਸੀਂ ਕਣਕ ਦਾ ਆਟਾ, ਅਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਆਟਾ ਅਸੀਂ ਕੜਾਹੀ 'ਚ ਪਾ ਕੇ ਚੰਗੀ ਤਰ੍ਹਾਂ ਨੂੰ ਭੁੰਨ ਲਵਾਂਗੇ, ਅਸੀਂ ਕੱਚਾ ਆਟਾ ਨਹੀਂ ਪਾਉਣਾ ਉਹਦੇ 'ਚ, ਵੈਸੇ ਵੀ ਤਾਂ ਪੱਕਣਾ ਚੰਗੀ ਤਰ੍ਹਾਂ ਭੁੰਨ। ਦੇਖੋ ਆਟਾ ਸਾਡਾ ਬਿਲਕੁਲ ਭੁੰਨ ਕੇ ਲਾਲ ਹੋ ਗਿਆ, ਆਟਾ ਅਸੀਂ ਪਾਣੀ ਪਾ ਕੇ ਇਹਨੂੰ ਭੁੰਨ ਲਿਆ ਸੀ ਚੰਗੀ ਤਰ੍ਹਾਂ, ਇਹਨੂੰ ਮਿਕਸ ਕਰ ਲਾਂਗੇ ਅਤੇ ਘੋਲ ਕੇ ਇਹਨੂੰ ਥੋੜ੍ਹਾ ਥੋੜ੍ਹਾ ਕਰਕੇ ਪਾਵਾਂਗੇ ਤਾਂ ਕਿ ਸਾਡੇ ਸਾਲਾਂ ਦੇ ਵਿੱਚ ਇਹਦੀਆਂ ਗੁੱਠਣੀਆਂ ਨਾ ਬਣ ਜਾਣ। ਪਾਣੀ ਮਸਲਾ ਚੰਗੀ ਤਰ੍ਹਾਂ ਪੱਕ ਗਿਆ, ਅਸੀਂ ਇਹਦੇ 'ਚ ਆਟਾ ਜਿਹੜਾ ਬਣਾ ਕੇ ਰੱਖਿਆ ਸੀ ਹੁਣ ਅਸੀਂ ਥੋੜ੍ਹਾ ਥੋੜ੍ਹਾ ਕਰਕੇ ਇਹਦੇ 'ਚ ਪਾ ਦੇਵਾਂਗੇ, 10 ਮਿੰਟ ਤੱਕ ਅਸੀਂ ਇਹਨੂੰ ਪਕਾਵਾਂਗੇ ਕਿਉਂਕਿ ਚੰਗੀ ਤਰ੍ਹਾਂ ਜਿਹੜਾ ਆਟਾ ਪੱਕ ਜੇ, ਆਟੇ ਦਾ ਬਿਲਕੁਲ ਸਵਾਦ ਨਹੀਂ ਆਏਗਾ ਕੱਚੇ ਦਾ, ਇਹਦੇ ਅਸੀਂ ਪਹਿਲੇ ਹੀ ਇਹਨੂੰ ਭੁੰਨ ਲਿਆ ਜੀ।
ਜਿੰਨਾ ਕੁ ਸੰਘਣਾ ਕਰਨਾ ਹੁੰਦਾ ਓਨਾ ਕੁ ਤੁਸੀਂ ਆਟਾ ਪਾ ਸਕਦੇ ਹੋ। ਅਸੀਂ ਥੋੜ੍ਹਾ ਜਿਹਾ ਆਟਾ ਪਾਇਆ ਕਿਉਂਕਿ ਬਹੁਤ ਜ਼ਿਆਦਾ ਨਹੀਂ ਪਾਇਆ। ਖਾਣ ਵਾਸਤੇ ਇਹਨੂੰ ਰੈਡੀ ਕਰ ਦਿੱਤਾ। ਸਾਡੀ ਨਿਹਾਰੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ। ਬੜੀ ਖੂਬਸੂਰਤ ਬਹੁਤ ਮਜ਼ੇਦਾਰ ਬਣੀ ਆ। ਬਣਾ ਕੇ ਟਰਾਈ ਕਰਨਾ। ਇੱਕ ਇੱਕ ਚੀਜ਼ ਜਿਹੜੀ ਪਾਈ ਆ ਅਸੀਂ ਡਿਟੇਲ 'ਚ ਦੱਸੀ ਹੈ ਤੁਹਾਨੂੰ ਇਨਸ਼ਾਅੱਲਾ। ਪਿੰਡ ਕਿਚਨ ਦੇ ਨਾਂ 'ਤੇ ਤੁਸੀਂ ਖੋਲ੍ਹ ਕੇ ਦੇਖ ਚੈੱਕ ਕਰ ਸਕਦੇ ਹੋ। ਸਾਡੀ ਵੀਡੀਓ ਅੱਛੀ ਲੱਗੀ ਹੋਵੇ ਫੋਲੋ ਕਰ ਦੇਣਾ, ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਅਤੇ ਬੈਲ 'ਤੇ ਹੱਥ ਮਾਰ ਦੇਣਾ। ਫਿਰ ਮਿਲਾਂਗੇ ਅਗਲੀ ਡਿਸ਼ ਨਾਲ। ਅਸਲਾਮੁਅਲੈਕਮ। ਆਪਣਾ ਖਿਆਲ ਰੱਖਣਾ।